ਲੋਕਾਂ ਨੂੰ ਆਪਣੀ ਅਦਾਕਾਰੀ ਦੇ ਨਾਲ ਖੁਸ਼ ਕਰਨ ਵਾਲੀ ਅੱਜ ਖੁਦ ਉਹਨਾਂ ਤੇ ਹੀ ਗੁੱਸਾ ਕਰ ਰਹੀ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਦਿਲਪ੍ਰੀਤ ਢਿੱਲੋਂ ਦੇ ਗਾਣੇ ਗੁੰਡੇ ਤੋਂ ਫੇਮਸ ਹੋ ਚੁੱਕੀ ਮਾਡਲ ਐਂਡ ਐਕਟਰੈਸ ਸਾਰਾ ਗੁਰਪਾਲ ਦੀ, ਜੋ ਅੱਜ ਕੱਲ੍ਹ ਕਾਫੀ ਸੁਰਖੀਆਂ ਦੇ ਵਿੱਚ ਨੇ। ਬੀਤੇ ਦਿਨੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਫੋਟੋ ਅਪਲੋਡ ਕੀਤੀ ਔਰ ਉਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਟ੍ਰੋਲ ਕੀਤਾ ਔਰ ਉਲਟਾ ਸਾਰਾ ਗੁਰਪਾਲ ਨੇ ਆਪਣੇ ਕਾਫੀ ਫੈਨਸ ਨੂੰ ਕਹਿ ਦਿੱਤਾ ਮਰ ਜਾ। ਮੰਨਿਆ ਕਿ ਫੈਨਸ ਨੇ ਟ੍ਰੋਲ ਤਾਂ ਕੀਤਾ, ਪਰ ਇਹ ਕਿਵੇਂ ਹੋ ਸਕਦਾ ਕਿ ਜਿੰਨਾ ਕਰਕੇ ਤੁਸੀਂ ਬਣੇ ਹੋ ਉਹਨਾਂ ਨੂੰ ਹੀ ਤੁਸੀਂ ਮਰ ਜਾ ਕਹਿ ਦਿਓ। ਔਰ ਹੁਣ ਇੱਕ ਰੀਸੈਂਟਲੀ ਲਾਈਵ ਵੀਡੀਓ ਅਪਲੋਡ ਕੀਤਾ ਗਿਆ ਸਾਰਾ ਗੁਰਪਾਲ ਦੇ ਵੱਲੋਂ ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ, ਜਿੱਥੇ ਉਹ ਕਹਿ ਰਹੇ ਨੇ ਕਿ ਕੋਈ ਵੀ ਮੁੰਡਾ ਮੂੰਹ ਚੱਕ ਕੇ ਬੁਰੇ ਕਮੈਂਟਸ ਕਰ ਦਿੰਦਾ। ਆਓ ਜੀ ਦੇਖਦੇ ਹਾਂ ਉਹ ਵੀਡੀਓ। ਮੈਂ ਜ਼ਿੰਦਗੀ 'ਚ ਕਦੇ ਇੰਨਾ ਗੁੱਸਾ ਨਹੀਂ ਕੀਤਾ ਸੀ। ਦਿਸ ਇਜ਼ ਗੈਟਿੰਗ ਮੀ ਸੋ ਡਾਊਨ ਰਾਈਟ ਨਾਓ। ਸਾਲਾ, ਉਹ ਵੀ ਇੱਕ ਮਾਂ ਨੂੰ ਗਾਲ ਜਾਂਦੀ ਆ। ਆਈ ਊਡ ਕਿਲ ਐਵਰੀ ਸਿੰਗਲ ਪਰਸਨ ਕਮੈਂਟਿੰਗ ਔਨ ਮਾਈ ਸਟੂਪਿਡ ਕਮੈਂਟਿੰਗ ਦ ਸਟੂਪਿਡ ਵੇ ਦੇ ਕਮੈਂਟ ਔਨ ਮਾਈ ਇੰਸਟਾਗ੍ਰਾਮ ਊਡ ਜਸਟ ਕਿਲ ਐਵਰੀਬਡੀ ਔਨ ਦ ਲਾਈਨ। And this is not appreciated at all. Not at all. And ਇਹ ਬਰਦਾਸ਼ਤ ਵੀ ਨਹੀਂ ਹੁੰਦਾ ਹੁਣ ਕਿ ਤੁਸੀਂ 2 ਮਿੰਟ ਦੇ ਵਿੱਚ ਫਾਲਤੂ ਕਮੈਂਟ ਕਰਦੇ ਹੋ। ਇਹ ਕਲਪਿੰਦਰ ਦੇ ਬੱਚੇ ਚਪੇੜਾ ਮਾਰ ਮੈਨੂੰ ਸਿੱਧਾ ਕਰਦਾ, ਤੇਰੀ ਬਾਉਣੀ ਨੂੰ ਟੱਕੀ ਕੁੱਤਿਆ। I'm telling you guys, if I see any single comment on my picture, ਇੱਕ ਵੀ single comment, I'm gonna go put FIR against them. If you guys with me, support me. If you guys cannot, please don't be on my Instagram. Don't support me. ਇਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਸਾਰਾ ਗੁਰਪਾਲ ਕਹਿ ਰਹੀ ਹੈ ਕਿ ਅਜਿਹੇ ਕਮੈਂਟਸ ਹੁਣ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੇ ਔਰ ਖੁਦ ਵੀ ਸਾਰਾ ਗੁਰਪਾਲ ਕਾਫ਼ੀ ਜ਼ਿਆਦਾ ਗੁੱਸੇ ਦੇ ਵਿੱਚ ਲੱਗ ਰਹੀ ਹੈ। ਪਰ ਜ਼ਿਕਰਯੋਗ ਗੱਲ ਇਹ ਹੈ ਕਿ ਜੇਕਰ ਆਪਾਂ ਕਿਸੇ ਨੂੰ ਸਮਝਾ ਰਹੇ ਹਾਂ ਤਾਂ ਆਪਾਂ ਖੁਦ ਕਿਉਂ ਮਾੜੇ ਵਰਡਸ ਦੇ ਇਸਤੇਮਾਲ ਕਰ ਰਹੇ ਹਾਂ। ਔਰ ਨਾਲ ਹੀ ਸਾਫ਼ ਸਾਫ਼ ਧਮਕੀ ਦਿੱਤੀ ਗਈ ਹੈ ਕਿ ਹੁਣ ਜਿਹੜਾ ਵੀ ਬੰਦਾ ਬੁਰੇ ਕਮੈਂਟਸ ਕਰੇਗਾ ਉਸ 'ਤੇ ਡਾਇਰੈਕਟਲੀ FIR ਕੀਤੀ ਜਾਵੇਗੀ। ਸੋ ਹੁਣ ਸਾਰਾ ਗੁਰਪਾਲ ਨੂੰ ਤੁਸੀਂ ਫੋਲੋ ਕਰਨਾ ਹੈ ਜਾਂ ਨਹੀਂ ਕਰਨਾ, ਇਹ ਤੁਹਾਡੀ ਆਪਣੀ ਰਾਏ ਹੈ।